ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਡਾਕਟਰ ਸੁਨੀਤ ਸਿੰਘ ਤੁਲੀ ਨਾਲ, ਜਿਹੜੇ ਕਿ ਕਿਸੇ ਵੀ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਨੇ। ਡਾਟਾਵਿੰਡ ਦੇ ਇਹ CEO ਨੇ। ਉਸ ਤੋਂ ਇਲਾਵਾ ਤੁਹਾਨੂੰ ਪਤਾ ਕਿ ਦੁਨੀਆ ਦਾ ਚੀਪਸਟ ਜਿਹੜਾ ਆਈਪੈਡ ਬਣਾਇਆ ਗਿਆ ਉਹਦੇ ਵਿੱਚ ਇਹ ਟੇਬਲੇਟ ਦਾ ਨਿਰਮਾਣ ਇਹਨਾਂ ਨੇ ਕੀਤਾ, ਅਤੇ ਆਕਾਸ਼ ਟੇਬਲੇਟਸ ਤੋਂ ਇਹ ਸਾਰੇ ਤੁਸੀਂ ਇਸ ਤੋਂ ਬਾਰੇ ਜਾਣਦੇ ਹੋ। ਅੱਜ ਇਹਨਾਂ ਨੂੰ ਸਿੱਖੀ ਦੇ ਪਰਸਪੈਕਟਿਵ ਤੋਂ ਕੁਝ ਗੱਲਾਂ ਬਾਤਾਂ ਕਰਦੇ ਹਾਂ ਕਿ ਜਿਸ ਮੁਕਾਮ 'ਤੇ ਇਹ ਪਹੁੰਚੇ ਨੇ, ਕਿਵੇਂ ਬਾਣੀ ਅਤੇ ਬਾਣੇ ਨੇ ਇਹਨਾਂ ਨੂੰ ਮਦਦ ਕੀਤੀ ਹੈ, ਅਤੇ ਖਾਸ ਤੌਰ ਦੇ ਉੱਤੇ ਇਹ ਆਪਣੇ ਯੰਗਸਟਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ, ਇਹਨਾਂ ਦੀ ਸਫਲਤਾ ਜੋ ਹੋਈ ਹੈ ਉਸ ਪਿੱਛੇ ਕੀ ਰਾਜ਼ ਨੇ, ਕਿਹੜੀਆਂ ਚੀਜ਼ਾਂ ਨੂੰ ਸਾਨੂੰ ਇੰਵਾਈਵ ਕਰਨ ਦੀ ਲੋੜ ਹੈ। ਔਰ ਸਵਾਗਤ ਕਰਦੇ ਹਾਂ ਡਾਕਟਰ ਸੁਨੀਤ ਸਿੰਘ ਤੁਲੀ ਦਾ। ਜੀ ਅਨੁਜੀ ਭਾਈ ਸਾਹਿਬ, ਵੈਲਕਮ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਭ ਤੋਂ ਪਹਿਲਾਂ ਤਾਂ ਜੀ ਮੁਬਾਰਕਬਾਦ ਕਿ ਦੁਨੀਆ ਭਰ ਦੇ ਵਿੱਚ ਤੁਸੀਂ ਜੋ ਇਹ ਨਾਮ ਰੋਸ਼ਨ ਕੀਤਾ ਸਿੱਖੀ ਦਾ, ਜਿੱਥੇ ਵੀ ਜਾਂਦੇ ਹੋ ਲੋਕ ਤੁਹਾਨੂੰ ਪਹਿਚਾਣਦੇ ਨੇ, ਅਤੇ ਖਾਸ ਤੌਰ ਉੱਤੇ ਬਾਣੇ ਵਿੱਚ ਰਹਿ ਕੇ ਇਹ ਮੈਸੇਜ ਦੇਣਾ, ਇਹਦਾ ਇੱਕ ਵੱਖਰਾ ਹੀ ਇੰਪੈਕਟ ਜਿਹੜਾ ਸਾਡੇ ਨੌਜਵਾਨਾਂ 'ਤੇ ਪੈਂਦਾ ਹੈ। ਪਰ ਅੱਜ ਸਮਾਜ ਦੇ ਵਿੱਚ ਬਹੁਤ ਕੁਝ ਤੇਜ਼ੀ ਨਾਲ ਬਦਲ ਰਿਹਾ ਹੈਗਾ। ਅਸੀਂ ਸਮਝਦੇ ਹਾਂ ਕਿ ਕਈ ਵਾਰ ਅਸੀਂ ਸਕਸੈਸ ਨੂੰ ਜਦੋਂ ਪਾਉਣਾ ਚਾਹੁੰਦੇ ਹਾਂ, ਤਾਂ ਕਈ ਵਾਰੀ ਅਸੀਂ ਆਪਣੇ ਪ੍ਰਿੰਸੀਪਲਸ, ਆਪਣੇ ਵੈਲਿਊਜ਼ ਨੂੰ ਕਈ ਵਾਰੀ ਸਾਈਡਲਾਈਨ ਕਰ ਦਿੰਦੇ ਹਾਂ। ਥੋੜ੍ਹਾ ਜਿਹਾ ਮੈਂ ਬਰੀਫਲੀ ਟੱਚ ਕਰਨਾ ਚਾਹਾਂਗਾ ਤੁਹਾਡੇ ਸਫ਼ਰ ਨੂੰ, ਜਿਹੜਾ ਤੁਸੀਂ ਇਸ ਮੁਕਾਮ ਤੱਕ ਪਹੁੰਚੇ ਹੋ, ਕਿ ਤੁਹਾਨੂੰ ਵੀ ਕਦੀ ਕੋਈ ਔਖਿਆਈ ਆਈ ਇਸ ਬਾਣੇ ਦੇ ਕਾਰਨ? ਕਿਉਂਕਿ ਆਮ ਤੌਰ ਉੱਤੇ ਕਈ ਵਾਰੀ ਇਹ ਬਹਾਨਾ ਬਣਾ ਲਿਆ ਜਾਂਦਾ ਕਿ ਜੀ ਮੁਸ਼ਕਿਲ ਹੋਏਗੀ, ਸਾਨੂੰ ਕੋਈ ਨਾ ਕੋਈ ਰੁਕਾਵਟ ਪੈ ਸਕਦੀ ਹੈ। ਸੋ ਵਾਟ ਹੈਜ਼ ਬੀਨ ਯੋਰ ਐਕਸਪੀਰੀਅੰਸ? ਦੇਖੋ, ਮੇਰਾ ਤਾਂ ਐਕਚੁਅਲੀ ਇਹੀ ਐਕਸਪੀਰੀਅੰਸ ਹੈ ਕਿ ਮੈਂ ਸਾਰਿਆਂ ਨੂੰ ਕਹਿੰਦਾ ਕਿ ਮੇਰਾ ਇੱਕ ਤਰੀਕੇ ਦਾ ਸਟ੍ਰੈਟੇਜਿਕ ਐਡਵਾਂਟੇਜ ਹੈ ਜੀ। ਇੱਕ ਵਾਰੀ ਮੈਨੂੰ ਯਾਦ ਹੈ, ਮੈਨੂੰ ਕਿਸੇ ਕਾਨਫਰੰਸ 'ਤੇ ਬੋਲਣਾ ਪਿਆ, ਅਤੇ ਇੱਕ ਸਿੱਖ ਹੈ ਜਿਹੜਾ ਕੈਪਟਨ ਅਮੈਰੀਕਾ ਦੀ ਯੂਨੀਫਾਰਮ ਪਾ ਕੇ ਦਸਤਖਾਉਂਦੇ ਨੇ, ਅਤੇ ਉਸ ਕਾਨਫਰੰਸ 'ਚ ਬੱਚਿਆਂ ਨਾਲ ਮੈਂ ਕਿਹਾ ਮੇਰੇ ਕੋਲ ਵੀ ਇੱਕ ਸੁਪਰ ਪਾਵਰ ਹੈਗਾ, ਅਤੇ ਤੁਸੀਂ ਗੈਸ ਕਰੋ ਕਿ ਮੇਰਾ ਕਿਹੜਾ ਸੁਪਰ ਪਾਵਰ ਹੈ ਜੀ। ਅਤੇ ਉਹਨਾਂ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਸੋਚਣਾ ਕਿ ਮੇਰਾ ਸਰੂਪ ਜਿਹੜਾ ਉਸ ਇੱਕ ਸੁਪਰ ਪਾਵਰ ਹੈ। ਰਾਈਟ। ਦੁਨੀਆ ਦੇ ਵਿੱਚ ਸਪੈਸ਼ਲੀ ਬਿਜ਼ਨਸ ਦੇ ਵਿੱਚ ਜਿਸ ਵੇਲੇ ਤੁਸੀਂ ਬਾਹਰ ਜਾ ਕੇ ਕੰਪੀਟ ਕਰਦੇ ਹੋ, ਅਤੇ ਇਟ ਇਜ਼ ਇੰਪੋਰਟੈਂਟ ਕਿ ਤੁਹਾਡਾ ਕਸਟਮਰ ਤੁਹਾਨੂੰ ਯਾਦ ਰੱਖੇ, ਅਤੇ ਦਾ ਸਰੂਪ ਗਿਵਸ ਯੂ ਅ ਵੈਰੀ ਸਟ੍ਰੈਟੇਜਿਕ ਐਡਵਾਂਟੇਜ ਕਿ ਉਹ ਤੁਹਾਨੂੰ ਭੁੱਲੇਗਾ ਨਹੀਂ। ਰਾਈਟ। ਜਿਸ ਵੇਲੇ ਤੁਸੀਂ ਜਾ ਕੇ ਅਤੇ ਕਿਸੇ ਨੂੰ ਪ੍ਰੈਜੈਂਟੇਸ਼ਨ ਕਰਦੇ ਹੋ। ਦੂਜਾ ਮੈਂ ਦੇਖਿਆ ਕਿ ਇੱਕ ਆਈ ਕਾਲ ਦਿਸ ਐਂਟਰੀ ਪਾਸ, ਇੱਕ ਨਾ ਗਲੋਬਲ ਸਪੋਰਟ ਨੈਟਵਰਕ ਦੇ ਨਾਲ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਐਂਟਰੀ ਪਾਸ ਮਿਲ ਜਾਂਦਾ ਹੈ, ਕਿਉਂਕਿ ਸਿੱਖੀ ਸਰੂਪ ਇੱਕ ਦੂਸਰੇ ਨਾਲ ਜਿਹੜੀ ਹਮਦਰਦੀ ਪ੍ਰਗਟਾਉਂਦਾ ਹੈ, ਜਿਹੜੀ ਇੱਕ ਬੌਂਡ ਕ੍ਰੀਏਟ ਕਰਦਾ ਹੈ। ਆਈ ਹੈਵ ਹੈਡ ਮੈਨੀ ਮੈਨੀ ਐਕਸਪੀਰੀਅੰਸਿਸ ਇਨ ਮਾਈ ਲਾਈਫ ਜਿੱਥੇ ਸਮਬਡੀ ਹੈਜ਼ ਗੋਨ ਆਊਟ ਆਫ ਦੇਅਰ ਵੇ ਟੂ ਹੈਲਪ ਮੀ, ਮੇਰੀ ਬਾਂਹ ਪਕੜ ਕੇ ਮੈਨੂੰ ਮਦਦ ਕੀਤੀ ਹੋਵੇ, ਜਿਹਦੇ 'ਚ ਮੇਰੀ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ, ਕੋਈ ਹੋਰ ਕਾਰਨ ਨਹੀਂ, ਕੋਈ ਆਪਣੇ ਪਰਸਨਲ ਬੈਨੀਫਿਟ ਲਈ ਨਹੀਂ ਕਰਦਾ ਪਿਆ, ਪਰ ਉਹ ਸਿੱਖ ਨੂੰ ਦੇਖ ਕੇ ਮਦਦ ਕਰਦਾ ਪਿਆ। ਸੋ ਆਈ ਫਾਊਂਡ ਇਨ ਮੋਸਟ ਕੇਸਿਸ, ਐਟਲੀਸਟ ਜਿਹੜਾ ਮੇਰਾ ਪਰਸਨਲ ਐਕਸਪੀਰੀਅੰਸ ਹੈ, ਕਿ ਇਟ ਹੈਜ਼ ਬਿਨ ਵੈਰੀ ਬੈਨੀਫਿਸ਼ਲ, ਆਈ ਹੈਵ ਸਰਟਨਲੀ ਟੇਕਨ ਐਡਵਾਂਟੇਜ ਆਫ ਇਟ। ਇਜ਼ ਇਟ ਪੋਸੀਬਲ ਕਿ ਕਿਸੇ ਨੇ ਮੇਰੇ ਨਾਲ ਕੋਈ ਵੱਖਰੀ ਟ੍ਰੀਟਮੈਂਟ ਕੀਤੀ ਹੋਵੇ ਉਸ ਰੂਪ ਕਰਕੇ? ਇਟ ਇਜ਼ ਪੋਸੀਬਲ, ਬਟ ਮੈਨੂੰ ਐਸਾ ਕਦੀ ਮਹਿਸੂਸ ਨਹੀਂ ਹੋਇਆ ਰਾਈਟ ਜਿਹੜਾ ਮੈਂ ਕੋਈ ਬਹਿ ਕੇ ਉਸ ਚੀਜ਼ ਦੀ ਕੋਈ ਕੰਪਲੇਂਟ ਕਰ ਸਕਾਂ ਕਿ ਦੇਖੋ ਜੀ ਮੇਰੇ ਨਾਲ ਇਹਨਾਂ ਨੇ ਇਸ ਤਰੀਕੇ ਨਾਲ ਵਿਤਕਰਾ ਕੀਤਾ। ਸੋ ਤੁਹਾਡਾ ਇੱਕ ਪਰਸਨਲ ਐਕਸਪੀਰੀਅੰਸ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਇੱਕ ਵੱਖਰਾ ਹੈਗਾ। ਐਂਡ ਆਫਕੋਰਸ ਜਿੱਥੇ ਕਿਤੇ ਵੀ ਸਿੱਖ ਜਾਂਦੇ ਨੇ, ਇੱਕ ਬ੍ਰਦਰਲੀ ਅਫੈਕਸ਼ਨ ਜਿਹੜੀ ਹੈਗੀ ਉਹ ਨਜ਼ਰ ਆਉਂਦੀ ਹੈਗੀ ਹੈ, ਤੁਹਾਨੂੰ ਕੋਈ ਨਾ ਕੋਈ ਸਪੋਰਟ ਜ਼ਰੂਰ ਮਿਲ ਜਾਂਦੀ ਹੈ। ਬਟ ਕੀ ਕਾਰਨ ਤੁਸੀਂ ਸਮਝਦੇ ਹੋ ਕਿ ਅੱਜ ਦਾ ਯੂਥ ਜਿਹੜਾ ਹੈਗਾ, ਅੱਜ ਅਸੀਂ ਵੇਖ ਰਹੇ ਹਾਂ ਕਿ ਬਹੁਤ ਇਹ ਨਮੋਸ਼ੀ ਦਾ ਕਾਰਨ ਸਾਡੇ ਵਾਸਤੇ ਬੰਦਾ ਜਾ ਰਿਹਾ ਕਿ ਸਾਨੂੰ ਦਸਤਾਰਾਂ ਨਜ਼ਰ ਨਹੀਂ ਆ ਰਹੀਆਂ, ਇਹਦੇ ਵਿੱਚ ਕੀ ਫੈਮਿਲੀ ਕੀ ਰੋਲ ਪਲੇਅ ਕਰ ਸਕਦੀ ਹੈ, ਅਤੇ ਸੁਸਾਇਟੀ ਅਤੇ ਖਾਸ ਤੌਰ ਉੱਤੇ ਸਾਡੀ ਕਮਿਊਨਿਟੀ ਔਰਗਨਾਈਜੇਸ਼ਨਸ ਤੁਸੀਂ ਕੀ ਸਮਝੋ ਕੀ ਰੋਲ ਪਲੇਅ ਕਰ ਸਕਦੀਆਂ ਨੇ? ਦੇਖੋ, ਆਈ ਥਿੰਕ ਕਿ ਹਰ ਇੱਕ ਕਮਿਊਨਿਟੀ ਦੇ ਵਿੱਚ ਇਟਸ ਆਲਵੇਜ਼ ਐਨ ਇਸ਼ੂ ਆਫ ਰੋਲ ਮਾਡਲ ਜੀ। ਮੇਰੇ ਨਾ ਇੱਕ ਕੰਪਨੀ ਦੇ ਵਿੱਚ ਬੋਰਡ ਆਫ ਐਡਵਾਈਜ਼ਰਸ 'ਤੇ ਇੱਕ ਆਦਮੀ ਹੁੰਦਾ ਸੀਗਾ, ਬਾਈ ਦਾ ਨੇਮ ਆਫ ਜੋਸ਼ੁਆ ਸਮਿਥ, ਅਫਰੀਕਨ ਅਮੈਰੀਕਨ ਫੈਲੋ ਅਤੇ ਵੈਰੀ ਐਲਡਰਲੀ, ਅਤੇ ਉਹ ਫੈਡਰਲ ਐਕਸਪ੍ਰੈਸ ਦੇ ਬੋਰਡ ਆਫ ਡਾਇਰੈਕਟਰਸ, ਆਲ ਸਟੇਟ ਇੰਸ਼ੋਰੈਂਸ ਦੇ ਬੋਰਡ ਆਫ ਡਾਇਰੈਕਟਰਸ, ਕੈਟਰਪਿਲਰ, ਇਨਲੈਂਡ ਸਟੀਲ, ਕਈ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਸ ਦੇ ਸੀਗਾ। ਅਤੇ ਮੈਂ ਉਹਦੇ ਨਾਲ ਕਈ ਵਾਰੀ ਇਸ ਚੀਜ਼ ਦੇ ਉੱਤੇ ਬੈਠ ਕੇ ਵਿਚਾਰ ਕਰਦਾ ਹੁੰਦਾ ਸੀਗਾ ਕਿ ਵੀ ਅਫਰੀਕਨ ਅਮੈਰੀਕਨ ਕਮਿਊਨਿਟੀ ਕਿਉਂ ਉਸ ਤਰੀਕੇ ਨਾਲ ਪ੍ਰੋਗਰੈਸ ਨਹੀਂ ਕਰ ਸਕੀ ਜਦੋਂ ਕਿ ਹੋਰ ਮਾਈਨੋਰਟੀਜ਼ ਪ੍ਰੋਗਰੈਸ ਕਰ ਸਕੀ ਜੀ। ਐਂਡ ਉਹ ਇਹ ਕਹਿੰਦਾ ਸੀਗਾ ਕਿ ਵੀ
ਉਸ ਕਮਿਊਨਿਟੀ ਦੇ ਵਿੱਚ ਇਟਸ ਐਨ ਇਸ਼ੂ ਆਫ ਲੈਕ ਆਫ ਰੋਲ ਮਾਡਲਸ। ਕਹਿੰਦਾ ਸੀਗਾ ਸਾਡੇ ਰੋਲ ਮਾਡਲ ਜ਼ਿਆਦਾਤਰ ਉਹ ਰੈਪ ਸਿੰਗਰਸ ਰਾਈਟ ਜਾਂ ਸਪੋਰਟਸ ਐਥਲੀਟਸ, ਔਰ ਉਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਵੈਰੀ ਫਿਊ ਕੈਨ ਬੀ ਅਲਟੀਮੇਟਲੀ ਸਕਸੈਸਫੁਲ ਰਾਈਟ, ਐਂਡ ਇਟ ਇਜ਼ ਨੋਟ ਨੈਸੈਸਰੀ ਕਿ ਦੇ ਵਿਲ ਹੈਵ ਦ ਬੈਸਟ ਆਫ ਮੋਰਲਸ, ਕਿ ਵੀ ਜ਼ਿੰਦਗੀ ਦੇ ਵਿੱਚ ਫਿਰ ਵੀ ਜੇ ਉਹ ਰੈਪਰਸ ਨੇ ਤਾਂ ਕੱਲ੍ਹ ਜਾ ਕੇ ਗੈਂਗਸਟਰ ਬਣ ਜਾਣਗੇ ਐਂਡ ਥਿੰਗਸ ਆਫ ਦੈਟ ਨੇਚਰ। ਸੋ ਐਵਰੀ ਕਮਿਊਨਿਟੀ ਨੀਡਸ ਟੂ ਹੈਵ ਰੋਲ ਮਾਡਲਸ ਜਿਨ੍ਹਾਂ ਨੂੰ ਅਸੀਂ ਸਕਸੈਸਫੁਲੀ ਦੇਖ ਕੇ ਬੱਚਿਆਂ ਨੂੰ ਦਿਖਾ ਸਕੀਏ ਰਾਈਟ, ਕਿ ਦੇਖੋ ਇਹ ਵੀ ਸਾਡੇ 'ਚੋਂ ਸਾਡੇ ਵਾਕਨ ਦਾ ਹੀ ਹੈ ਅਤੇ ਹੀ ਹੈਜ਼ ਅਚੀਵਡ ਸਮਥਿੰਗ ਇਨ ਹੀ ਔਰ ਹਰ ਹੈਜ਼ ਅਚੀਵਡ ਸਮਥਿੰਗ ਇਨ ਲਾਈਫ। ਨਾਓ ਉਹ ਚੀਜ਼ ਸਾਡੀ ਕਮਿਊਨਿਟੀ ਬੜੀ ਜ਼ਰੂਰੀ ਹੈ। ਅਨਫੋਰਚੁਨੇਟਲੀ ਜੇ ਤੁਸੀਂ ਹਾਈ ਪ੍ਰੋਫਾਈਲ ਪੋਜੀਸ਼ਨਸ ਦੇਖੋ ਇੰਡੀਆ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਨੇ ਦੇ ਡੋਂਟ ਹੈਵ ਅ ਹਾਈ ਰਿਗਾਰਡ ਵਿਦ ਇਨ ਦ ਕਮਿਊਨਿਟੀ ਰਾਈਟ। ਇੱਥੇ ਅਫਕੋਰਸ ਇਟਸ ਚੇਂਜਿੰਗ, ਵੀ ਆਰ ਵੈਰੀ ਪ੍ਰਾਊਡ ਕਿ ਵੀ ਹੈਵ ਯੂ ਨੋ ਦ ਬੈਸਟ ਆਫ ਰੈਪ੍ਰਜੈਂਟੇਸ਼ਨ, ਐਂਡ ਆਈ ਵਾਂਟ ਟੂ ਕੰਗ੍ਰੈਚੁਲੇਟ ਯੂ ਫੋਰ ਟੇਕਿੰਗ ਦਿਸ ਸਟੈਪ ਆਲਸੋ ਟੂ ਰੈਪ੍ਰਜੈਂਟ ਦ ਕਮਿਊਨਿਟੀ ਵਿਦ ਇਨ ਦ ਪੀ ਸੀ ਪਾਰਟੀ, ਐਂਡ ਵਿਸ਼ ਯੂ ਦ ਬੈਸਟ ਆਫ ਸਕਸੈਸ। ਥੈਂਕ ਯੂ। ਆਈ ਥਿੰਕ ਕਿ ਦੇ ਆਰ ਕ੍ਰੀਏਟਿੰਗ ਰੋਲ ਮਾਡਲਸ, ਐਂਡ ਵੀ ਨੀਡ ਰੋਲ ਮਾਡਲਸ ਇਨ ਬਿਜ਼ਨਸ ਆਲਸੋ ਰਾਈਟ। ਸੋ ਦੈਟ ਲੈਕ ਆਫ ਰੋਲ ਮਾਡਲਸ ਹੈਜ਼ ਮੇਡ ਐਨ ਇੰਪੈਕਟ। ਬੱਚੇ ਸਾਡੇ ਮੂਵੀਜ਼ ਦੇਖਦੇ ਨੇ, ਅਦਰ ਥਿੰਗਸ ਦੇਖਦੇ ਨੇ, ਜਦੋਂ ਉਹਨਾਂ ਨੂੰ ਰੋਲ ਮਾਡਲਸ ਆਪਣੇ ਮੈਚਿੰਗ ਨਹੀਂ ਦਿਖਦੇ ਦੇ ਵਾਂਟ ਟੂ ਗੋ ਇਨ ਦੈਟ ਡਾਇਰੈਕਸ਼ਨ, ਐਂਡ ਆਈ ਥਿੰਕ ਕਿ ਜੇ ਅਸੀਂ ਸਰੂਪ ਬਚਾਉਣਾ ਹੈ ਅਤੇ ਉਹ ਕਰਨਾ ਜੀ, ਦੀਸ ਥਿੰਗਸ ਬਿਕਮ ਵੈਰੀ ਇੰਪੋਰਟੈਂਟ। ਐਬਸੋਲਿਊਟਲੀ। ਉਸ ਦੇ ਵਿੱਚ ਬਾਣੀ ਦੀ ਬਹੁਤ ਵੱਡੀ ਇੰਪੋਰਟੈਂਸ ਹੈ ਸਾਡੇ ਜੀਵਨ ਦੇ ਵਿੱਚ, ਪਰ ਜਿਸ ਤਰੀਕੇ ਨਾਲ ਅੱਜ ਪ੍ਰਚਾਰ ਚੱਲ ਰਿਹਾ, ਪ੍ਰਚਾਰ ਦਾ ਕੋਈ ਘਾਟ ਨਹੀਂ ਹੈਗਾ ਅੱਜ। ਅੱਜ ਇੰਟਰਨੈਟ ਯੁੱਗ ਵਿੱਚ ਅਸੀਂ ਦੇਖ ਰਹੇ ਹਾਂ ਕਿ ਰੇਡੀਓ ਸਟੇਸ਼ਨਸ, ਟੈਲੀਵਿਜ਼ਨਸ ਦੇ ਉੱਤੇ, ਇੰਟਰਨੈਟ ਦੇ ਉੱਤੇ ਸਾਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ, ਪਰ ਉਸ ਦੇ ਬਾਵਜੂਦ ਅਸੀਂ ਕਿਤੇ ਹਿੱਟ ਨਹੀਂ ਕਰ ਸਕ ਰਹੇ, ਖਾਸ ਤੌਰ 'ਤੇ ਯੰਗਸਟਰਸ ਨੂੰ। ਐਂਡ ਜਿਸ ਤਰ੍ਹਾਂ ਤੁਸੀਂ ਰੋਲ ਮਾਡਲਸ ਦੀ ਗੱਲ ਕੀਤੀ, ਵੈਲ ਆਫਕੋਰਸ ਵੀ ਆਰ ਪ੍ਰਾਊਡ ਆਫ ਦ ਗੁਰੂਜ਼ ਕੰਟਰੀਬਿਊਸ਼ਨਸ, ਪਰ ਉਹ ਸ਼ਾਇਦ ਉਹ ਬੱਚਿਆਂ ਤੱਕ ਉਹਨਾਂ ਨੂੰ ਕਿੱਥੇ ਸਿੰਕਰਨਾਈਜ਼ ਨਹੀਂ ਹੋ ਰਿਹਾ। ਵਾਟ ਡੂ ਯੂ ਫੀਲ ਸੁਨੀਤ ਸਿੰਘ ਜੀ, ਕਿ ਕਿੱਥੇ ਕਿੱਥੇ ਕੋਈ ਕਮੀ ਹੈਗੀ ਹੈ ਜਿੱਥੇ ਸਾਨੂੰ ਹੁਣ ਕੰਮ ਕਰਨ ਦੀ ਲੋੜ ਹੈਗੀ ਹੈ? ਦੇਖੋ ਆਈ ਥਿੰਕ ਐਸਪੈਸ਼ਲੀ ਇਹਨਾਂ ਕੰਟਰੀਆਂ 'ਚ ਇਟ ਹੈਜ਼ ਬਿਕਮ ਅ ਬਿਟ ਆਫ ਅ ਜਨਰੇਸ਼ਨਲ ਗੈਪ ਰਾਈਟ, ਬਟ ਆਈ ਸਟਿਲ ਸੀ ਪੋਕਿਟਸ ਆਫ ਐਕਸਲੈਂਸ। ਆਈ ਰੀਅਲੀ ਫੀਲ ਕਿ ਵੀ ਠੀਕ ਹੈ, ਕਈ ਨਹੀਂ, ਦੇ ਆਰ ਨੋਟ ਔਨ ਦ ਰਾਈਟ ਟਰੈਕ, ਬਟ ਦੇ ਆਰ ਮੈਨੀ ਦੈਟ ਸਟਿਲ ਆਰ, ਐਂਡ ਉਹ ਜਿਹੜੀ ਨੈਕਸਟ ਜਨਰੇਸ਼ਨ ਹੈ ਉਹਨਾਂ ਨੇ ਕਈ ਅੱਗੇ ਐਕਟੀਵਿਟੀਜ਼ ਅਤੇ ਐਨ ਜੀ ਓ ਸ਼ੁਰੂ ਕਰਕੇ ਜਿਹੜਾ ਸ਼ੁਰੂ ਕੀਤਾ ਹੋਇਆ। ਕੱਲ੍ਹ ਅਸੀਂ ਜਿਸ ਇਵੈਂਟ 'ਤੇ ਸੀਗੇ, ਮਿਲੇ ਸੀਗੇ ਐੱਸ ਏ ਐੱਫ ਇੰਟਰਨੈਸ਼ਨਲ, ਇਹ ਬੱਚਿਆਂ ਨੇ ਇੰਡੀਆ ਦੇ ਵਿੱਚ ਗਰੀਬ ਸਿਕਲਗਰ ਸਿੱਖਾਂ ਦੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਲੈ ਕੇ ਅਤੇ ਉਹ ਪੂਰੀ ਕਰ ਰਹੇ ਨੇ ਜੀ। ਮੇਰਾ ਇੱਕ ਕਾਫੀ ਨਜ਼ਦੀਕ ਦੋਸਤ ਹੁੰਦਾ ਸੀਗਾ ਜਗਰਾਜ ਸਿੰਘ, ਜਿਹਨੇ ਬੇਸਿਕਸ ਆਫ ਸਿੱਖੀ ਔਰਗਨਾਈਜੇਸ਼ਨ ਸ਼ੁਰੂ ਕੀਤੀ ਸੀ, ਅਨਫੋਰਚੁਨੇਟਲੀ ਕੈਂਸਰ ਕਰਕੇ ਉਹ ਪਿੱਛੇ ਪੂਰੇ ਹੋ ਗਏ, ਬਟ ਇਸ ਆਰ ਯੰਗ ਗਾਇਜ਼, ਮੈਨੀ ਆਫ ਦੈਮ ਬੋਰਨ ਹੇਅਰ, ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ, ਸਿੱਖੀ ਦੀ ਅਵੇਅਰਨੈਸ ਵਧਾਉਣੀ ਸ਼ੁਰੂ ਕੀਤੀ, ਐਂਡ ਦੇ ਆਰ ਕਨੈਕਟਿੰਗ ਵਿਦ ਦੈਟ ਨੈਕਸਟ ਜਨਰੇਸ਼ਨ। ਸੋ ਆਈ ਸਟਿਲ ਬਿਲੀਵ ਕਿ ਉਹ ਓਪਰਚੁਨਿਟੀਜ਼ ਹੈ ਨੇ, ਬਟ ਇਸ ਸੋਸਾਇਟੀ ਦੇ ਵਿੱਚ ਜਿਹੜੇ ਐਕਸਟਰਨਲ ਪ੍ਰੈਸ਼ਰਸ ਕਰਕੇ ਵੀ ਆਫਕੋਰਸ ਵੀ ਲੂਜ਼ ਮੈਨੀ, ਜਿੱਥੇ ਬੋਥ ਪੇਰੈਂਟਸ ਕੰਮ ਕਰਦੇ ਨੇ ਐਂਡ ਯੂ ਡੋਂਟ ਹੈਵ ਦੀ ਓਪਰਚੁਨਿਟੀ ਟੂ ਰੀਅਰ ਦ ਕਿਡਸ ਇਨ ਦ ਸੇਮ ਕਾਇੰਡ ਆਫ ਮੈਨਰ, ਵੀ ਹੈਵ ਦੋਜ਼ ਇਸ਼ੂਜ਼। ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਕਿ ਵੀ ਸਪੈਸ਼ਲੀ ਅਸੀਂ ਆਪਣੀ ਧੀਆਂ ਦੇ ਉੱਤੇ ਐਫਰਟ ਲਾਈਏ, ਬਿਕੋਜ਼ ਮਾਂ ਨੇ ਬੱਚੇ ਨੂੰ ਜੇ ਸਿੱਖੀ ਦੇਣੀ ਹੈ ਅਤੇ ਉਹ ਮਾਂ ਦੀ ਦੇਣ ਹੁੰਦੀ ਹੈ। ਬਿਲਕੁਲ। ਅਸੀਂ ਐਜ਼ ਫਾਦਰਸ ਵੀ ਆਰ ਆਊਟ ਐਂਡ ਅਬਾਊਟ, ਯੂ ਨੋ, ਸਾਨੂੰ ਸੇਮ ਲੈਵਲ ਆਫ ਕਿਨਾਂ ਇਨਫਲੂਐਂਸ ਨਹੀਂ ਹੁੰਦਾ ਬੱਚਿਆਂ ਦੇ ਉੱਤੇ, ਦ ਮਦਰ ਇਜ਼ ਗੋਇੰਗ ਟੂ ਪਲੇ ਦ ਰੀਅਲ ਰੋਲ। ਸੋ ਦੇ ਆਰ ਮੈਨੀ ਇਸ਼ੂਜ਼ ਦੈਟ ਕੋਜ਼ ਦਿਸ। ਇੰਡੀਆ ਦੇ ਵਿੱਚ ਆਫਕੋਰਸ ਦੇ ਆਰ ਆਲਸੋ ਪੋਲੀਟੀਕਲ ਇਸ਼ੂਜ਼ ਦੈਟ ਕ੍ਰੀਏਟ ਦੋਜ਼ ਕਾਇੰਡ ਆਫ ਇੰਪੈਕਟਸ, ਬਟ ਆਈ ਫੀਲ ਸਟਿਲ ਕਿ ਵੀ ਇੱਕ ਨੈਕਸਟ ਜਨਰੇਸ਼ਨ ਦੇ ਵਿੱਚ ਯੂ ਵਿਲ ਸੀ ਪੋਕਿਟਸ ਆਫ ਐਕਸਲੈਂਸ ਜਿਹੜੇ ਸਿੱਖੀ ਨਾਲ ਜੋੜ ਰਹੇ ਨੇ ਅਤੇ ਉਸ ਪ੍ਰਚਾਰ ਨੂੰ ਵਧਾ ਰਹੇ ਨੇ। ਰਾਈਟ। ਬਟ ਪ੍ਰਚਾਰ ਦਾ ਮਾਧਿਅਮ ਜਿਹੜਾ ਹੈਗਾ, ਡੂ ਯੂ ਫੀਲ ਦੈਟ ਸਮਥਿੰਗ ਨੀਡਸ ਟੂ ਬੀ ਵਰਕਡ ਅਪੋਨ ਦੈਟ? ਲਾਈਕ ਫੋਰ ਐਗਜ਼ਾਮਪਲ, ਹੁਣ ਅਸੀਂ ਦੇਖ ਰਹੇ ਹਾਂ ਕਿ ਸੈਮੀਨਾਰਸ ਔਰਗਨਾਈਜ਼ ਹੋ ਰਹੇ ਨੇ, ਵਨ ਔਨ ਵਨ ਟਾਕਸ ਹੋ ਰਹੀਆਂ ਨੇ, ਬੱਚਿਆਂ ਨੂੰ ਕੁਐਸਚਨ ਆਨਸਰ ਦਾ ਇੱਕ ਮੌਕਾ ਮਿਲਦਾ ਹੈ, ਕਿਉਂਕਿ ਆਮ ਤੌਰ ਦੇ ਉੱਤੇ ਜਿਹੜਾ ਇੱਕ ਕਹਿ ਦਈਏ ਅਸੀਂ ਕਿ ਬੱਚਿਆਂ ਵੱਲੋਂ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਜੀ ਗੁਰਦੁਆਰੇ ਅਸੀਂ ਜਾਣੇ ਤਾਂ ਹੈਗੇ ਹਾਂ, ਪਰ ਸਾਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਹੈਗੀ, ਕਿਉਂਕਿ ਜਿਹੜੀ ਉਹ ਕਮਿਊਨੀਕੇਸ਼ਨ ਦਾ ਸਿਸਟਮ ਹੈਗਾ,
ਡੂ ਯੂ ਥਿੰਕ ਵਿਦ ਅ ਚੇਂਜਿੰਗ ਟਾਈਮ ਸਾਨੂੰ ਇਸ ਪਾਸੇ ਥੋੜ੍ਹਾ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਯੰਗਸਟਰਸ ਜਿਹੜੇ ਨੇ ਉਹ ਇਨਵੋਲਵ ਹੋਣ? ਯੂ ਆਰ ਰਾਈਟ ਐਂਡ ਦੇਖੋ ਦ ਰਿਐਲਿਟੀ ਇਜ਼ ਐਕਚੁਲੀ ਦ ਟ੍ਰੈਜਡੀ ਇਜ਼ ਕਿ ਅੱਜ ਕੱਲ੍ਹ ਜਿਹੜੀਆਂ ਸਾਡੀਆਂ ਓਰੀਜਨਲ ਸੰਸਥਾਵਾਂ ਸੀਗੀਆਂ ਜਿਨ੍ਹਾਂ ਨੇ ਇਸ ਚੀਜ਼ ਦੀ ਜ਼ਿੰਮੇਵਾਰੀ ਲਈ ਸੀਗੀ, ਦੇ ਆਰ ਨੋਟ ਫੁਲਫਿਲਿੰਗ ਦੈਟ ਰੋਲ ਜੀ। ਅਸਲੀ ਪ੍ਰਚਾਰ ਗੁਰਦੁਆਰਿਆਂ 'ਚ ਨਹੀਂ ਹੋ ਰਿਹਾ, ਠੀਕ ਹੈ ਢਾਡੀ ਵਾਰਾਂ ਹੁੰਦੀਆਂ ਜਾਂ ਕਥਾ ਕੀਰਤਨ ਹੁੰਦਾ ਹੈ, ਬਟ ਜਿਹੜੀ ਉਹ ਕਮਿਊਨਿਟੀ ਸਰਵਿਸ ਅਤੇ ਉਹ ਪ੍ਰਚਾਰ ਦੀ ਲੋੜ ਹੈ, ਜਨਰਲੀ ਮੋਸਟ ਗੁਰਦੁਆਰਿਆਂ ਵਿੱਚ ਉਹ ਕਨੈਕਸ਼ਨ ਨਹੀਂ ਹੋ ਰਹੀ। ਇਟ ਇਜ਼ ਇੰਡੀਪੈਂਡੈਂਟ ਆਫ ਦ ਗੁਰਦੁਆਰਾਸ। ਉਹ ਜਿਹੜੀ ਬੱਚਿਆਂ ਨੇ ਆਪਣੀ ਸਟੂਡੈਂਟ ਫੈਡਰੇਸ਼ਨ ਬਣਾਈਆਂ ਹੋਈਆਂ ਨੇ, ਹੁਣ ਟੋਰੋਂਟੋ ਦੇ ਵਿੱਚ ਤੁਸੀਂ ਐਗਜ਼ਾਮਪਲ ਦੇਖੋ, ਆਈ ਐਮ ਸ਼ੋਰ ਇੱਥੇ ਵੀ ਹੁੰਦੇ ਹੋਣਗੇ ਜਿਹੜੇ ਬੱਚੇ ਉੱਥੇ ਟਰਬਨ ਅਪ ਦਾ ਪ੍ਰੋਗਰਾਮ ਕਰਦੇ ਨੇ, ਉੱਥੇ ਲੋਕਲ ਸਿੱਖ ਸਟੂਡੈਂਟ ਫੈਡਰੇਸ਼ਨ ਬੱਚਿਆਂ ਨੇ ਕਾਲਜਿਸ ਯੂਨੀਵਰਸਿਟੀਜ਼ ਦੇ ਵਿੱਚ ਹਾਈ ਸਕੂਲਸ ਦੇ ਵਿੱਚ ਟਰਬਨ ਅਪ ਦਾ ਡੇ ਬਣਾਇਆ ਹੋਇਆ, ਅਤੇ ਉਹ ਟਰਬਨ ਅਪ ਦੇ ਡੇਜ਼ ਦੇ ਵਿੱਚ ਬਹਿ ਕੇ ਹਜ਼ਾਰਾਂ ਬੱਚਿਆਂ ਨੂੰ ਆਪਣੇ ਸਟੂਡੈਂਟ ਯਾਰਾਂ ਦੋਸਤਾਂ ਨੂੰ ਪੱਗਾਂ ਬੰਨ੍ਹ ਦਿੰਦੇ ਨੇ, ਮੇਕ ਦਮ ਫੀਲ ਪ੍ਰਾਊਡ ਆਫ ਵੇਅਰਿੰਗ ਅ ਟਰਬਨ ਜੀ। ਐਂਡ ਦੀਜ਼ ਆਰ ਪ੍ਰੋਗਰਾਮਸ ਦੈਟ ਵਰ ਨੋਟ ਗੁਰਦੁਆਰਾ ਸਪੋਂਸਰਡ, ਰਾਈਟ? ਦੇ ਵਰ ਨੋਟ ਇਨੀਸ਼ੀਏਟਡ ਬਾਏ ਦ ਗੁਰਦੁਆਰਾਸ, ਨਾ ਉੱਥੋਂ ਫੰਡਿੰਗ ਆਈ, ਨਾ ਉੱਥੋਂ ਆਰਗਨਾਈਜੇਸ਼ਨ ਆਈ, ਨਾ ਉੱਥੋਂ ਕੋਈ ਸਟਰਕਚਰ ਆਇਆ ਜੀ। ਇਹ ਤਾਂ ਚਾਹਵਾਨ ਬੱਚਿਆਂ ਨੇ ਇਕੱਠੇ ਹੋ ਕੇ ਅਤੇ ਇਹ ਪ੍ਰੋਸੈਸ ਸ਼ੁਰੂ ਕੀਤੀ ਅਤੇ ਇਹਨਾਂ ਨੂੰ ਜਾ ਕੇ ਇੰਪਲੀਮੈਂਟ ਕੀਤਾ। ਸੋ ਜ਼ਰੂਰ ਟ੍ਰੈਜਡੀ ਹੈ ਕਿ ਬਈ ਗੁਰਦੁਆਰਾਸ ਜਿਹੜੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਸੀ ਬਿਲਡਿੰਗਾਂ ਖੜੀਆਂ ਕਰਤੀਆਂ ਨੇ, ਉੱਥੇ ਜਿਹੜਾ ਸਾਨੂੰ ਪ੍ਰਚਾਰ ਚਾਹੀਦਾ ਹੈਗਾ, ਦੇ ਆਰ ਨੋਟ ਫੁਲਫਿਲਿੰਗ ਦੈਟ ਰੋਲ। ਬਟ ਇੰਡੀਪੈਂਡੈਂਟ ਆਫ ਦੈਟ, ਡਿਸਪਾਈਟ ਦੈਟ, ਆਈ ਸਰਟਨਲੀ ਸੀ ਕਿ ਯੂਥ ਦੇ ਵਿੱਚ ਦੇਰ ਇਜ਼ ਏ ਰਿਸਰਜੈਂਸ, ਰਾਈਟ? ਐਂਡ ਦੇਰ ਇਜ਼ ਸਮ ਪੋਕਿਟਸ ਜਿਹੜੇ ਕਾਫੀ ਆਪਣੇ ਬੇਸਿਸ 'ਤੇ ਐਫਰਟ ਕਰਕੇ ਅਤੇ ਕਰ ਰਹੇ ਨੇ। ਮੀਡੀਆ ਦੀ ਜਦੋਂ ਗੱਲ ਕਰਨੀ, ਖਾਸ ਤੌਰ 'ਤੇ ਸਿੱਖ ਮੀਡੀਆ, do you think that we are coming up to the mark to further our interests, kyunki of course jithe political jo chalda hai oh te chalda hi rehna, we cannot change that, but overall jada sikhi da message hai, jis tarah sade role models youngsters vich vi bahut change sade bacche ne, talented bacche ne jehde ki kuch na kuch changa karde hege ne, par kai wari sama nahi milda unhan nu ate assi oh sirf political discourses tak hi seemit reh jande ha, so are you satisfied with the working of the sikh media or something more can be done? Certainly something more can be done. Mm-hmm. Right? The difficulty of course is ke halle jo economic business models ne na, they are not proven and successful. Right. Main tell an example, this na a close friend of mine, Sukhvinder Singh, runs this organization called Vismad. Haan ji. Te oh pehle ke pichle 15 saalon to ਐਨੀਮੇਸ਼ਨ ਮੂਵੀਜ਼ ਬਣਾ ਰਹੇ ਨੇ, ਰਾਈਟ? ਸਾਹਿਬਜ਼ਾਦਿਆਂ ਦੀ ਬਣਾਈ, ਬੰਦਾ ਸਿੰਘ ਬਹਾਦਰ ਦੀ ਬਣਾਈ, ਸੁੰਦਰੀ, ਭਾਈ ਤਾਰੂ ਸਿੰਘ, ਐਂਡ ਸੋ ਔਨ, ਐਂਡ ਅਨਫੋਰਚੁਨੇਟਲੀ ਹਰ ਇੱਕ ਪ੍ਰੋਜੈਕਟ ਹੈਜ਼ ਬਿਨ ਅ ਲੌਸ, ਦੈਟਸ ਰਾਈਟ। ਅਖੀਰ 'ਤੇ ਜਾ ਕੇ ਇਟ ਇਜ਼ ਪਿਓਰਲੀ ਐਜ਼ ਅ ਸੇਵਾ, ਅਤੇ ਜਿਹੜਾ ਦਸਵੰਤ ਕਰਕੇ ਫਾਈਨੈਂਸ਼ਲੀ ਹੈਲਪ ਕਰ ਸਕੇ। ਨਾਓ ਸੇਮ ਪੀਪਲ ਜੇ ਉਹ ਬਹਿ ਕੇ ਕੋਈ ਮੇਨ ਸਟ੍ਰੀਮ ਯੂ ਨੋ ਨੋਨ ਰਿਲੀਜੀਅਸ ਉਹ ਮੂਵੀ ਬਣਾ ਕੇ ਉਹ ਕਰਦੇ ਨੇ, ਉਹ ਕਾਮਯਾਬ ਹੋਈ, ਉਹ ਬੜੀ ਕਾਮਯਾਬ ਹੋ ਜਾਂਦੀ ਹੈ। ਐਬਸੋਲੂਟਲੀ। ਸੋ ਐਜ਼ ਅ ਕਮਿਊਨਿਟੀ ਸਾਨੂੰ ਆਪਣੇ ਅੰਦਰ ਵਿੱਚ ਦੀ ਮਾਰਨੀ ਪਏਗੀ ਕਿ ਬਈ ਆਰ ਵੀ ਵਿਲਿੰਗ ਟੂ ਸਪੋਰਟ ਪ੍ਰੋਜੈਕਟਸ ਆਫ ਦੈਟ ਨੇਚਰ, ਰਾਈਟ? ਵੀ ਵਾਂਟ ਦੈਟ ਚੇਂਜ, ਬਟ ਆਰ ਵੀ ਵਿਲਿੰਗ ਟੂ ਸਪੋਰਟ ਐਨੀਬਡੀ ਹੂ ਟੇਕਸ ਦ ਇਨੀਸ਼ੀਏਟਿਵ? ਟੇਕਸ ਦੋਜ਼ ਇਨੀਸ਼ੀਏਟਿਵ, ਦੈਟਸ ਰਾਈਟ। ਐਂਡ ਜੇ ਅਸੀਂ ਉਹ ਸਪੋਰਟ ਕਰਨ ਨੂੰ ਤਿਆਰ ਨਹੀਂ, ਦੇਖੋ ਕੋਈ ਬਾਹਰ ਚੰਗੀ ਮੂਵੀ ਆਉਂਦੀ ਹੈ, ਅਸੀਂ ਫੈਮਿਲੀ ਨੂੰ ਲੈ ਕੇ ਜਾਂਦੇ ਹਾਂ, $100-$150 ਮੂਵੀ ਥੀਏਟਰ 'ਤੇ ਲੱਗ ਜਾਂਦਾ ਹੈ, ਫੀਸ, ਟਿਕਟਸ, ਪੋਪਕੋਰਨ, ਡਰਿੰਕਸ, ਜੇ ਉਹ ਜੋ ਵੀ ਹੈ ਵਗੈਰਾ। ਧਾਰਮਿਕ ਮੂਵੀ ਆਉਂਦੀ ਹੈ ਅਤੇ ਇਟ ਇਜ਼ ਸ਼ੌਕਿੰਗ ਕਿ ਬੂਟਲੈਗ ਕਾਪੀਜ਼ ਸਾਰੀ ਦੁਕਾਨਾਂ 'ਚ ਪਹੁੰਚ ਜਾਂਦੀਆਂ ਨੇ, ਬਿਲਕੁਲ, ਅਤੇ ਅਸੀਂ ਉਹ $10 ਦੀ ਅਸਲੀ ਕਾਪੀ ਖਰੀਦਣ ਦੀ ਥਾਂ ਅਸੀਂ $2 ਦੀ ਨਕਲੀ ਖਰੀਦਣ 'ਤੇ ਖੁਸ਼ ਹੈਗੇ ਹਾਂ, ਬਿਲਕੁਲ। ਅਤੇ ਇਹ ਸਾਨੂੰ ਵੀ ਚੀਜ਼ਾਂ ਸੋਚਣੀਆਂ ਪੈਣੀਆਂ ਕਿ ਇਹਨਾਂ ਚੀਜ਼ਾਂ ਦੇ ਲੌਂਗ ਟਰਮ ਰੀਪਰਕਸ਼ਨਸ ਨੇ, ਰਾਈਟ? ਸੋ ਯੂ ਆਰ ਰਾਈਟ, ਐਜ਼ ਦ ਸਿੱਖ ਔਰ ਪੰਜਾਬੀ ਮੀਡੀਆ ਵੀ ਨੀਡ ਟੂ ਮੇਕ ਮੋਰ ਐਫਰਟਸ। ਸਾਨੂੰ ਡਿਜੀਟਲ ਕੰਟੈਂਟ, ਮੋਰ ਇੰਟਰੈਕਟਿਵ ਕੰਟੈਂਟ ਕ੍ਰੀਏਟ ਕਰਨਾ ਪਏਗਾ, ਐਂਡ ਸੋ ਔਨ, ਬਟ ਐਜ਼ ਅ ਕਮਿਊਨਿਟੀ ਆਲਸੋ ਜੇ ਅਸੀਂ ਪ੍ਰੋਐਕਟਿਵਲੀ ਉਹਦਾ ਐਫਰਟ ਨਾ ਲਈਏ ਜੀ, ਦੈਨ ਦੈਟ ਬਿਕਮਸ ਡਿਫੀਕਲਟ। ਆਈ ਫੀਲ ਦੇਰ ਇਜ਼ ਅਨਦਰ ਐਲੀਮੈਂਟ ਦੈਟਸ ਵੈਰੀ ਇੰਪੋਰਟੈਂਟ, ਬੱਚਿਆਂ ਨੂੰ ਐਟ ਐਨ ਇੰਪਰੈਸ਼ਨਲ ਏਜ ਠੀਕ ਸੰਗਤ ਦੀ ਲੋੜ ਹੈ, ਬਿਲਕੁਲ। ਇਨਫੈਕਟ ਮੇਰੀ ਵਾਈਫ ਨੇ ਇੱਕ ਮਿਊਜ਼ਿਕ ਅਕੈਡਮੀ ਉੱਥੇ ਸ਼ੁਰੂ ਕੀਤੀ ਐਜ਼ ਅ ਸੇਵਾ, ਵਿਦ ਨੋਟ ਓਨਲੀ ਦ ਪਰਪਸ ਕਿ ਵੀ ਬੱਚਿਆਂ ਨੂੰ ਮੈਂ ਕੀਰਤਨ ਸਿਖਾਵਾਂਗੀ, ਬਟ ਆਲਸੋ ਵਿਦ ਦ ਪਰਪਸ ਕਿ
ਜੇ ਉਹ ਬੱਚਿਆਂ ਦੀ ਲਾਈਕ ਮਾਈਂਡਡ ਗੁਰਸਿੱਖ ਬੱਚਿਆਂ ਨਾਲ ਅਤੇ ਪਰਿਵਾਰਾਂ ਨਾਲ ਸੰਗਤ ਹੁੰਦੀ ਰਹੇਗੀ ਤਾਂ ਉਹ ਬਚ ਜਾਣਗੇ। ਬਿਲਕੁਲ, ਐਬਸੋਲੂਟਲੀ, ਦੈਟ ਮੇਕਸ ਅ ਬਿਗ ਬਿਗ ਡਿਫਰੈਂਸ ਦੈਟਸ ਕਿ ਰਾਈਟ ਕਿਸ ਸੰਗਤ 'ਚ ਤੁਹਾਡੇ ਬੱਚੇ ਬਹਿੰਦੇ ਨੇ। ਬਿਲਕੁਲ, ਸੋ ਆਲ ਦੀਸ ਥਿੰਗਸ ਯੂ ਨੋ ਆਈ ਰੀਅਲਾਈਜ਼ ਕਿ ਦੇਰ ਆਰ ਮੈਨੀ ਸ਼ਾਰਟਕਮਿੰਗਸ ਵਿਦ ਇਨ ਦ ਕਮਿਊਨਿਟੀ, ਰਾਈਟ, ਬਟ ਆਈ ਐਮ ਮੱਚ ਆਫ ਏ ਹਾਫ ਫੁੱਲ ਗਲਾਸ ਵਰਸਸ ਹਾਫ ਐਮਪਟੀ ਗਲਾਸ ਪਰਸਨ। ਦੈਟਸ ਵੰਡਰਫੁਲ, ਦੈਟਸ ਅ ਵੰਡਰਫੁਲ ਅਪਰੋਚ, ਬਟ ਵੀ ਆਲਸੋ ਹੈਵ ਟੂ ਬੀ ਰੀਅਲਿਸਟਿਕ ਆਲਸੋ ਦੈਟ ਜਿਸ ਤਰ੍ਹਾਂ ਤੁਸੀਂ ਵਿਸਮਾਦ ਦਾ ਜ਼ਿਕਰ ਕੀਤਾ ਹੈਗਾ ਹੈ, ਭਾਈ ਸਾਹਿਬ ਹੈਜ਼ ਬੀਨ ਹੇਅਰ ਵੈਨਐਵਰ ਹੀ ਕਮਸ, ਵੀ ਟਾਕ ਟੂ ਹਿਮ ਡਿਸਪਾਈਟ ਆਲ ਦਿਸ ਪ੍ਰੈਸ਼ਰਸ ਵਟ ਹੀ ਗੋਜ਼ ਥਰੂ, ਹੀ ਸਟਿਲ ਹੈਜ਼ ਦੈਟ ਇੰਸਟਿਲਡ ਇਨ ਹਿਮ ਦੈਟ ਸੇਵਾ ਦਾ ਕੋਨਸੈਪਟ ਜਿਹੜਾ ਹੈਗਾ ਉਹ ਕਰ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ, ਬਟ ਐਜ਼ ਅ ਕਮਿਊਨਿਟੀ ਵੀ ਨੀਡ ਟੂ ਬੈਕ ਹਿਮ। ਗੁਰਦੁਆਰੇ ਸਾਹਿਬਾਨ ਜਿਹੜੇ ਸਾਡੇ ਨੇ ਉਹ ਅੱਗੇ ਜੇ ਉਂਝ ਅਸੀਂ ਬਹੁਤ ਕੁਝ ਕਰ ਲੈਂਦੇ ਹਾਂ, ਐਂਡ ਈਵਨ ਆਈ ਵੁੱਡ ਰਾਦਰ ਸਪੈਂਡ $3,500 ਔਨ ਔਰਗਨਾਈਜ਼ਿੰਗ ਐਂਡ ਅ ਕੰਟ ਪਾਰਟ, ਬਟ ਵੈਨ ਸਮਥਿੰਗ ਗੁੱਡ ਇਜ਼ ਕਮਿੰਗ ਫੋਰ ਦ ਕਮਿਊਨਿਟੀ ਆਈ ਸਟਾਰਟ ਥਿੰਕਿੰਗ। ਮੈਂ ਕਈ ਵਾਰੀ ਹੈਜ਼ੀਟੇਟ ਹੁੰਦਾ ਇਹੋ ਜਿਹੀ ਚੀਜ਼ਾਂ, ਜਦਕਿ ਇਹ ਸਾਰੀ ਕੌਮ ਨੂੰ ਇੱਕ ਨਵਾਂ ਰਸਤਾ ਦੇ ਸਕਦੇ ਹੈਗੇ। ਤੁਸੀਂ ਜਿਹੜੀ ਇਹ ਗੱਲ ਕੀਤੀ, ਇਹ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਭਾਈ ਸਾਹਿਬ, ਕਿਉਂਕਿ ਅੱਜ ਅਸੀਂ ਘਰਾਂ 'ਚ ਬੈਠ ਕੇ ਡਿਸਕਸ਼ਨਸ ਕਰਦੇ ਹੈਗੇ ਕਿ ਫਰਦਰ ਕੀ ਹੋਏਗਾ, ਪਰ ਜਿਹੜਾ ਤੁਸੀਂ ਗੱਲ ਕੀਤੀ ਸੰਗਤ ਦੀ, ਇਹ ਮਾਂ ਬਾਪ ਤੋਂ ਹੀ ਗੱਲ ਸ਼ੁਰੂ ਹੁੰਦੀ ਹੈਗੀ ਕਿ ਉਹ ਕਿੰਨਾ ਕੁ ਪ੍ਰਾਇਰਟਾਈਜ਼ ਕਰ ਰਹੇ ਨੇ ਬੱਚਿਆਂ ਵਾਸਤੇ, ਆਪਣੇ ਜੀਵਨ ਵਿੱਚ ਉਹ ਕਿਸ ਤਰ੍ਹਾਂ ਦਾ ਸਮਾਂ ਕੱਢ ਕੇ ਉਹਨਾਂ ਵਾਸਤੇ ਕੱਢ ਰਹੇ ਹੈਗੇ ਨੇ। ਬਿਲਕੁਲ, ਸੋ ਉੱਥੇ ਵੀ ਅੱਜ ਅਸੀਂ ਦੇਖ ਰਹੇ ਹਾਂ ਕਿ ਅਸੀਂ ਥੋੜ੍ਹਾ ਜਿਹਾ ਅੱਜ ਦੂਸਰੇ ਚੱਕਰਾਂ ਜ਼ਿਆਦਾ ਫਸ ਗਏ, ਜਦਕਿ ਜਿੱਥੇ ਸਾਨੂੰ ਫੁੱਲ ਫੋਕਸ ਦੇਣ ਦੀ ਲੋੜ ਸੀ ਉੱਥੋਂ ਥੋੜ੍ਹਾ ਜਿਹਾ ਅਸੀਂ ਪਿੱਛੇ ਹਟ ਗਏ। ਮਾਇੰਡ ਯੂ, ਇਨ ਲੋਅਰ ਮੇਨਲੈਂਡ ਸਾਡੀ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਹੈਗੀ ਹੋਈ ਗੈਂਗਸ ਅਤੇ ਵਾਇਲੈਂਸ ਦੀ, ਸਾਡੇ 150 ਤੋਂ ਵੱਧ ਬੱਚੇ ਮਾਰੇ ਜਾ ਚੁੱਕੇ ਨੇ, ਐਂਡ ਐਵਰੀ ਸੈਕਿੰਡ ਡੇ ਸਰੀ ਜਿਹੜਾ ਸਾਡਾ ਗੜ ਹੈਗਾ ਇੱਥੇ ਗੋਲੀ ਚੱਲਦੀ ਹੈਗੀ ਹੈ। ਜਦੋਂ ਵੀ ਗੈਂਗ 'ਚੋਂ ਨਾ ਆਉਂਦੇ ਨੇ ਤਾਂ ਉੱਥੋਂ 90% ਸਾਡੇ ਆਪਣੇ ਬੱਚਿਆਂ ਦੇ ਜਦੋਂ ਆਉਂਦੇ ਨੇ, ਐਂਡ ਦੈਟ ਆਲਸੋ ਉਹਦੇ ਵਿੱਚ ਕਈ ਵਾਰ ਅਸੀਂ ਦੇਖਦੇ ਹਾਂ ਕਿ ਕਮਿਊਨਿਟੀ ਦੇ ਜਾਣੀ ਪਛਾਣੀ ਸ਼ਖਸੀਅਤਾਂ ਦੇ ਬੱਚੇ ਜਿਹੜੇ ਨੇ ਉਹ ਵੀ ਵਿੱਚ ਫਸ ਗਏ ਨੇ। ਸੋ ਉਸ ਸਮੇਂ ਇਹ ਬੜੀ ਇੱਕ ਚਿੰਤਾ ਦਾ ਵਿਸ਼ਾ ਹੁੰਦਾ ਕਿ ਵਟ ਵੈਂਟ ਰੋਂਗ, ਐਂਡ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਕਿ ਜੇ ਸ਼ੁਰੂ ਤੋਂ ਹੀ ਇਹ ਗੱਲਬਾਤ ਧਿਆਨ ਦਿੱਤੀ ਜਾਂਦੀ, ਸੰਗਤ ਵੱਲ ਧਿਆਨ ਦਿੱਤਾ ਜਾਂਦਾ, ਸ਼ਾਇਦ ਕੁਝ ਹੋਰ ਉਹਦੇ ਆਲਟਰਨੇਟਿਵ ਰਿਜ਼ਲਟਸ ਹੁੰਦੇ। ਬਟ ਜੇਕਰ ਤੁਸੀਂ ਸਮਝ ਰਹੇ ਹੋ ਕਿ ਉਸ ਸਮੇਂ ਮਾਂ ਬਾਪ ਸਮਾਂ ਨਹੀਂ ਦੇ ਸਕੇ, ਪਰਿਵਾਰ ਦਾ ਜਿਹੜਾ ਇੰਪੋਰਟੈਂਟ ਹੈਗਾ ਰੋਲ, ਉਹਦੇ ਬਾਰੇ ਮੈਂ ਚਾਹਾਂਗਾ ਜ਼ਰੂਰ ਥੋੜ੍ਹਾ ਜਿਹਾ। ਤੁਸੀਂ ਆਪਣੇ ਭੈਣ ਜੀ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਉਹ ਇੱਕ ਅਕੈਡਮੀ ਚਲਾ ਰਹੇ ਨੇ, ਪਰ ਬਚਪਨ ਤੋਂ ਹੀ ਵੀ ਬੱਚਿਆਂ ਨੂੰ ਕੀਰਤਨ ਨਾਲ ਜੋੜਿਆ, ਸੰਗਤ ਜਿਹੜੀ ਸੀ ਬੜੀ ਸਹੀ ਦਿੱਤੀ, ਹੋਰ ਕੀ ਕੁਝ ਕਰਨ ਦੀ ਲੋੜ ਹੈ? ਦੇਖੋ, ਇਹ ਜੇ ਪਹਿਲਾ ਸਟੈਪ ਇਹੀ ਹੋਵੇ ਕਿ ਵੀ ਉਹਨਾਂ ਦੀ ਸੰਗਤ ਠੀਕ ਕਰੋ ਜੀ। ਸੰਗਤ ਜਸਟ ਡਜ਼ਨਟ ਮੀਨ ਕਿ ਗੁਰਦੁਆਰੇ ਆ ਕੇ ਬੈਠ ਕੇ ਅਤੇ ਕੀਰਤਨ ਸੁਣਿਆ। ਸੰਗਤ ਇਜ਼ ਯੋਰ ਸੈਟ ਆਫ ਫਰੈਂਡਸ ਐਂਡ ਰਿਲੇਸ਼ਨਸ਼ਿਪ, ਰਾਈਟ? ਉਹਦੇ ਨਾਲ ਨਾਲ ਗੁਰਬਾਣੀ, ਉਹਦੇ ਨਾਲ ਨਾਲ ਤੁਹਾਡਾ ਬਾਣਾ ਸਰੂਪ ਜੀ, ਯੂ ਨੋ, ਮਤਲਬ ਸਿੱਖੀ ਇਜ਼ਨਟ ਜਸਟ ਏ ਸਿੰਪਲ ਰਿਲੀਜਨ, ਇਟਸ ਅ ਪਿਓਰ ਵੇ ਆਫ ਲਾਈਫ, ਰਾਈਟ? ਉਹ ਚੀਜ਼ਾਂ ਦੇ ਜਿਹੜੇ ਡਿਸਪਲਿਨਸ ਨੇ, ਦੇ ਵਿਲ ਆਲ ਬਿਕਮ ਵੈਰੀ ਇੰਪੋਰਟੈਂਟ ਜੀ। ਅਸੀਂ ਸਾਰੇ ਸਮਝਦੇ ਹਾਂ, ਹਰ ਇੱਕ ਕੋਈ ਇੱਥੇ ਕੈਨੇਡਾ 'ਚ ਬੈਠਾ ਪਰਿਵਾਰ ਨਹੀਂ ਇਸ ਚੀਜ਼ ਦੇ ਉੱਤੇ ਕਿਸੇ ਨੂੰ ਇਸ ਚੀਜ਼ ਦਾ ਕੋਈ ਭੁਲੇਖਾ ਨਹੀਂ ਕਿ ਵੀ ਐਜੂਕੇਸ਼ਨ ਇਜ਼ ਨੋਟ ਇੰਪੋਰਟੈਂਟ। ਐਵਰੀਬਾਡੀ ਅੰਡਰਸਟੈਂਡ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ, ਬਟ ਵੀ ਕੈਨ ਨੋਟ ਲੀਵ ਦੈਟ ਪਿਓਰਲੀ ਟੂ ਦਾ ਸਕੂਲਸ। ਅਸੀਂ ਸੋਚੀਏ ਕਿ ਸਵੇਰੇ ਸਕੂਲ ਭੇਜਤਾ ਅਤੇ ਸਾਡੀ ਜ਼ਿੰਮੇਵਾਰੀ ਪੂਰੀ ਹੋ ਗਈ, ਸਾਡੀ ਜ਼ਿੰਮੇਵਾਰੀ ਉੱਥੇ ਨਹੀਂ ਪੂਰੀ ਹੁੰਦੀ। 24 ਘੰਟੇ ਸਾਡੀ ਜ਼ਿੰਮੇਵਾਰੀ ਚੱਲਦੀ ਰਹਿੰਦੀ ਹੈ ਜੀ। ਵੀ ਵਰ ਵੈਰੀ ਲੱਕੀ, ਵੀ ਵਰ ਵੈਰੀ ਪ੍ਰਾਊਡ ਜਿਸ ਵੇਲੇ ਅਸੀਂ ਘਰ ਰੈਗੂਲਰ ਅੰਮ੍ਰਿਤ ਵੇਲਾ ਸ਼ੁਰੂ ਕੀਤਾ, ਅਤੇ ਸਾਡਾ ਜਿਹੜਾ ਸਭ ਤੋਂ ਛੋਟਾ ਬੱਚਾ, ਅਸੀਂ ਕਈ ਵਾਰੀ ਕਹਿਣਾ ਕਿ ਕੋਈ ਨਾ ਛੋਟਾ ਇਹਨੂੰ ਸੁੱਤੇ ਰਹਿਣ ਦਿਓ, ਅਸੀਂ ਅੰਮ੍ਰਿਤ ਵੇਲੇ ਨੂੰ ਕਿਉਂ ਜਗਾਉਂਦੇ ਹਾਂ, ਸਾਨੂੰ ਸਵੇਰੇ ਉੱਠ ਕੇ ਲੜਿਆ ਕਰੇ ਕਿ ਬਾਕੀ ਤੁਸੀਂ ਸਾਰੇ ਉੱਠ ਗਏ ਸੀਗੇ ਜੀ, ਮੈਨੂੰ ਕਿਉਂ ਉਠਾਇਆ, ਮੈਨੂੰ ਕਿਉਂ ਨਹੀਂ ਉਠਾਇਆ, ਰਾਈਟ? ਸੋ ਵੈਨ ਵੀ ਡੂ ਦੋਜ਼ ਥਿੰਗਸ ਐਜ਼ ਅ ਫੈਮਿਲੀ, ਦੇ ਗੋ ਅ ਲੋਂਗ ਵੇ। ਮੈਂ ਕਈਆਂ ਨੂੰ ਪੁੱਛਣਾ ਹੁੰਦਾ ਕਿ ਵੀ ਤੁਸੀਂ ਐਜ਼ ਅ ਪਰਿਵਾਰ ਇਕੱਠੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਕਦੋਂ ਲਾਸਟ ਟਾਈਮ ਕੀਤਾ ਸੀਗਾ? ਬੱਚਿਆਂ ਨੂੰ ਪੂਰੀ ਜ਼ਿੰਦਗੀ ਉਹ ਛੋਟੀ ਉਮਰ ਦੀ ਐਕਸਪੀਰੀਅੰਸਿਸ ਵਿਲ ਰਿਮੇਨ ਐਜ਼ ਪੋਜ਼ਿਟਿਵ ਨੋਸਟੈਲਜੀਆ, ਰਾਈਟ? ਦੇ ਨੀਡ ਟੂ ਰਿਫਲੈਕਟ ਔਨ ਦੋਜ਼ ਪੀਰੀਅਡਸ। ਜੇ ਅਸੀਂ ਉਹ ਟਾਈਮ ਕੱਢ ਕੇ ਨਹੀਂ ਕਰ ਸਕਦੇ, 12 ਮਿੰਟ ਲੱਗਦੇ ਨੇ ਜੀ, ਰਹਿਰਾਸ ਸਾਹਿਬ ਦਾ ਪਾਠ ਕਰਨ ਨੂੰ 12-14 ਮਿੰਟ ਲੱਗਦੇ ਨੇ, ਇਟਸ ਨੋਟ ਅ 4-ਆਵਰ ਪ੍ਰੋਸੈਸ, ਰਾਈਟ? ਐਵਰੀ ਵਨਸ ਇਨ ਵਾਇਲ ਤੁਸੀਂ ਪਰਿਵਾਰ ਸਮੇਤ ਬੈਠ ਕੇ ਅਤੇ ਰਹਿਰਾਸ ਸਾਹਿਬ ਦਾ ਪਾਠ ਹੀ ਕਰ ਲਓ, ਦੈਟ ਹੈਜ਼ ਅ ਹਿਊਜ ਇੰਪੈਕਟ। ਸੋ ਆਈ ਥਿੰਕ ਕਿ ਵੀ ਫੋਰ ਸ਼ੋਰ ਸੰਗਤ, ਆਈ ਥਿੰਕ ਬਾਣੀ ਦੇ ਨਾਲ ਜੋੜਨਾ, ਐਂਡ ਬਾਣੀ ਦੇ ਨਾਲ ਕੀਰਤਨ, ਯੂ ਨੋ, ਕਿਉਂਕਿ ਜੋ ਕੀਰਤਨ ਦੇ ਨਾਲ ਤੁਹਾਨੂੰ ਕੀਰਤਨੀਆਂ ਦੀ ਸੰਗਤ ਵੀ ਹੁੰਦੀ ਰਹਿੰਦੀ ਹੈ, ਤੁਹਾਨੂੰ ਬਾਣੀ ਨਾਲ ਵੀ ਬੱਚੇ ਜੁੜਦੇ ਨੇ, ਦੀਸ ਥਿੰਗਸ ਬਿਕਮ ਵੈਰੀ ਵੈਰੀ ਕ੍ਰਿਟੀਕਲ, ਰਾਈਟ? ਯੂ ਨੋ, ਬੱਚਿਆਂ ਨੂੰ ਇਸ ਪਾਸੇ ਰੱਖਣ ਲਈ ਜੀ। ਸੋ ਭਾਈ ਸਾਹਿਬ, ਐਜੂਕੇਸ਼ਨ ਦੇ ਵੀ ਜਿਹੜਾ ਅਸੀਂ ਦੇਖਿਆ, ਇਹ ਵੀ ਇੱਕ ਸਮੱਸਿਆ, ਪਰ ਉਸ ਤੋਂ ਇਲਾਵਾ ਘਰ ਦਾ ਮਾਹੌਲ ਬਹੁਤ ਇੱਕ ਇੰਪੋਰਟੈਂਟ ਰੋਲ ਪਲੇਅ ਕਰਦਾ ਹੈ। ਹੋਰ ਤੁਸੀਂ ਕੀ ਸਮਝ ਰਹੇ ਹੋ, ਕਿੱਥੇ ਹੋਰ ਸਾਨੂੰ ਕੁਝ ਕਰਨ ਦੀ ਲੋੜ ਹੈ? ਕਿਉਂਕਿ ਇੱਕ ਹੋਰ ਜਿਹੜੀ ਪ੍ਰੋਬਲਮ ਜਾਂ ਚੈਲੇਂਜ ਅਸੀਂ ਫੇਸ ਕਰ ਰਹੇ ਹਾਂ,
ਕਥਨੀ ਅਤੇ ਕਰਨੀ 'ਚ, ਇੱਕ ਸਿੱਖ ਜਿਹੜਾ ਸੀ ਉਹਦਾ ਕਥਨੀ ਅਤੇ ਕਰਨੀ 'ਚ ਅੰਤਰ ਨਹੀਂ ਹੁੰਦਾ ਸੀ, ਪਰ ਉਸ ਪਾਸੋਂ ਵੀ ਹੁਣ ਕਾਫੀ ਨਿਖਾਰ, ਜਿਹਦੇ ਕਾਰਨ ਅਸੀਂ ਆਪਣੇ ਬੱਚਿਆਂ ਵਾਸਤੇ ਰੋਲ ਮਾਡਲ ਸ਼ਾਇਦ ਸਾਬਤ ਨਹੀਂ ਹੋ ਸਕ ਰਹੇ। ਐਂਡ ਚਿਲਡਰਨ ਓਵਰ ਹੇਅਰ ਆਰ ਵੈਰੀ ਸਟ੍ਰੇਟ ਫਾਰਵਰਡ, ਕਲੀਨ ਹਾਰਟਡ, ਉਹ ਸਰੇਆਮ ਇਹ ਕਹਿੰਦੇ ਨੇ ਤੁਹਾਡੇ ਡਬਲ ਸਟੈਂਡਰਡਸ ਜਿਹੜੇ ਨੇ ਉਸ ਤੋਂ ਅਸੀਂ ਵੀ ਡੂ ਨੋਟ ਵਾਂਟ ਬੀ ਅ ਪਾਰਟ ਆਫ ਦਿਸ ਸਿਸਟਮ। ਉੱਥੇ ਕੀ ਕਰਨ ਦੀ ਲੋੜ ਹੈ? ਦੇਖੋ, ਆਫਕੋਰਸ ਸਾਡੀ ਐਕਸ਼ਨ, ਬੱਚੇ ਦੇ ਆਰ ਨੋਟ ਨਾਈਵ, ਰਾਈਟ? ਅਸੀਂ ਕਹੀਏ ਕੁਛ, ਕਰੀਏ ਕੁਛ ਹੋਰ, ਦੇ ਵਿਲ ਪਿਕ ਇਟ ਅਪ, ਦੇ ਵਿਲ ਅੰਡਰਸਟੈਂਡ ਇਟ, ਦੇ ਸੀ ਦ ਰਿਐਲਿਟੀ। ਸਾਨੂੰ ਆਪਣੇ ਜੀਵਨ 'ਤੇ ਵੀ ਜੋ ਅਫਵਾਹਾਂ ਪੈਣਾ, ਦੋਸ ਥਿੰਗਸ ਇੰਪੋਰਟੈਂਟ। ਅਸੀਂ ਇੰਸ਼ੋਰੈਂਸ ਦਾ ਫਰੋਡ ਇੱਕ ਪਾਸੇ ਕਰਦੇ ਫਿਰੀਏ, ਕੋਈ ਵਰਕਰ ਕੰਪਨਸੇਸ਼ਨ ਦਾ ਫਰੋਡ ਦੂਜੇ ਪਾਸੇ ਕਰਦੇ ਫਿਰੀਏ, ਔਰ ਇਹ ਸੋਚੀਏ ਕਿ ਇਹ ਜਿਹੜਾ ਅਸੀਂ ਜ਼ਹਿਰ ਇੱਕ ਤਰੀਕੇ ਨਾਲ ਕ੍ਰੀਏਟ ਕਰਨੇ ਪਏ ਹਾਂ ਕਿ ਵੀ ਇਹ ਉਹਨਾਂ ਦੇ ਉੱਤੇ ਇੰਪੈਕਟ ਨਹੀਂ ਕਰੇਗਾ। ਜੀ, 100% ਇੰਪੈਕਟ ਕਰਦਾ। ਇਹ ਸਾਡੇ ਕਰਮਾਂ 'ਚ ਲਿਖਿਆ ਜਾਂਦਾ, ਮਹਾਰਾਜ ਬੜਾ ਸਪਸ਼ਟ ਬਾਣੀ 'ਚ ਬਾਰ ਬਾਰ ਇਹ ਚੀਜ਼ਾਂ ਸਮਝਾਉਂਦੇ ਨੇ, ਐਂਡ ਇਫ ਵੀ ਡੋਂਟ ਬਿਲੀਵ ਦੋਜ਼ ਥਿੰਗਸ ਦੈਨ ਰਿਜ਼ਲਟਸ ਸਾਡੇ ਅੱਗੇ ਹੀ ਆਉਂਦੇ ਨੇ। ਇੱਕ ਚੀਜ਼ ਮੇਰੇ ਹੋਰ ਦਿਮਾਗ 'ਚ ਆਈ ਦੈਟ ਆਈ ਵਾਂਟਡ ਟੂ ਮੈਂਸ਼ਨ, ਆਈ ਥਿੰਕ ਵਨ ਆਫ ਦ ਥਿੰਗਸ ਦੈਟ ਇਜ਼ ਵੈਰੀ ਪਾਵਰਫੁਲ ਇਜ਼, ਆਈ ਐਮ ਅ ਬਿਗ ਬਿਲੀਵਰ ਜਿਹੜੇ ਸਿੱਖੀ ਔਰ ਖਾਲਸਾ ਕੈਂਪਸ ਹੁੰਦੇ ਨਾ, ਕਿਉਂਕਿ ਇਹ ਹਫ਼ਤੇ ਦੇ 4-5 ਦਿਨ ਦੇ ਜਿਹੜੇ ਕੈਂਪਸ ਹੁੰਦੇ ਨੇ, ਇਹ ਇੱਕ ਤਰੀਕੇ ਦੀ ਨਾ ਬੜੀ ਕੋਨਸਨਟ੍ਰੇਟਿਡ ਗੁਰਬਾਣੀ ਅਤੇ ਸਿੱਖੀ ਦੀ ਗੁੜਤੀ ਬੱਚੇ ਦੇ ਬੱਚੇ ਸੰਗਤ ਵੀ ਬਣਾ ਦਿੰਦੇ ਨੇ। ਐਂਡ ਆਈ ਹੈਵ ਸੀਨ ਕਿ ਮੈਨੀ ਆਫ ਦੀਜ਼ ਕਿਡਸ ਦੈਟ ਹੈਵ ਗਰੋਨ ਅਪ ਇਨ ਟੂ ਦੈਟ, ਮਤਲਬ ਓਵਰ ਦੀ ਈਅਰਸ ਜਿਹੜੇ ਸਾਡੇ ਪੋਲੀਟੀਕਲੀ ਵੀ ਬੜੇ ਸਕਸੈਸਫੁਲ ਹੋਏ ਨੇ, ਚਾਹੇ ਅਜੀਤ ਸਿੰਘ ਸੱਜਣ ਜਾਂ ਨਦੀਪ ਸਿੰਘ ਬੈਂਸ ਜਾਂ ਰਾਜ ਗਰੇਵਾਲ ਉੱਥੇ ਜਾਂ ਹੋਰ ਜਾਂ ਟਿਮ ਉੱਪਲ, ਆਈਵ ਸੀਨ ਦੀਸ ਗਾਇਜ ਵੈਨ ਦੇ ਵਰ ਮੱਚ ਯੰਗਰ ਇਨ ਦੀਸ ਕਾਇੰਡ ਆਫ ਕੈਂਪਸ। ਈਵਨ ਨਿਊਯਾਰਕ ਦੇ ਵਿੱਚ ਪਿਛਲੇ 30-35 ਸਾਲਾਂ ਤੋਂ ਦੇਜ਼ ਅ ਫੈਮਲੀ ਦੈਟ ਹੈਜ਼ ਬੀਨ ਡੂਇੰਗ ਦੀਸ ਖਾਲਸਾ ਕੈਂਪਸ, ਅਤੇ ਰਵੀ ਭੱਲਾ, ਰਾਜਵੀਰ ਗਰੇਵਾਲ, ਮੈਨੀ ਆਫ ਦੀਸ ਗਾਇਜ਼ ਹੈਵ ਬਿਕਮ ਵੈਰੀ ਸਕਸੈਸਫੁਲ ਇਨ ਦੈਟ ਇਨਵਾਇਰਮੈਂਟ, ਦੇ ਆਰ ਰੀਅਲੀ ਪ੍ਰੋਡਕਟਸ ਆਫ ਦੋਜ਼ ਖਾਲਸਾ ਕੈਂਪਸ, ਐਂਡ ਆਈ ਥਿੰਕ ਦੈਟ ਕ੍ਰੀਏਟਸ ਸੋਰਟ ਆਫ that community impact, that's important. Very true, because that oh, sangat da jada asar hai ga, oh penda hi penda, oh rang da lagna hi lagna hai. Bilkul, for sure. ਇੱਕ ਉਹ ਧਰਮ ਦ੍ਰਿੜੇ ਸੱਚ ਕੋਏ, ਇਹ ਸੱਚ ਨਾਲ ਸਾਨੂੰ ਸਾਡੇ ਗੁਰੂ ਨੇ ਜੋੜਿਆ ਸੀ, ਅਤੇ ਸਾਨੂੰ ਮਾਣ ਹੈ ਜਦੋਂ ਅਸੀਂ ਆਪਣੀ ਹਿਸਟਰੀ ਵੱਲ ਧਿਆਨ ਦਿੰਦੇ ਹਾਂ ਕਿ ਇਸੇ ਦੇ ਫਲਸਰੂਪ ਇੱਕ ਸਿੱਖ ਜਿਹੜਾ ਸੀ ਨਿਡਰ ਹੁੰਦਾ ਸੀ, ਨਿਰਭਉ ਨਿਰਵੈਰਤਾ ਦਾ ਜਿਹੜਾ ਕੋਨਸੈਪਟ ਗੁਰੂ ਨੇ ਲਿਆਂਦਾ ਉਹ ਯੂਨੋ ਸਾਨੂੰ ਨਜ਼ਰ ਆਉਂਦਾ ਸੀ, ਅਤੇ ਉਹ ਪੜ੍ਹ ਕੇ ਵੀ ਅਸੀਂ ਅੱਗੇ ਆਉਂਦੇ ਹਾਂ। ਪਰ ਅਖੀਰ ਵਿੱਚ ਮੈਂ ਤੁਹਾਡੇ ਤੋਂ ਸਿਰਫ ਇਹ ਜਾਣਨਾ ਚਾਹਾਂਗਾ ਕਿ ਕੀ ਇਸ ਪਾਸੇ ਕੁਛ ਕੀਤਾ ਜਾ ਸਕਦਾ ਜਿਹਦੇ ਨਾਲ ਕਿ ਇਹ ਸਾਰੇ ਇਸ਼ੂਜ਼ ਨੂੰ ਅਸੀਂ ਥਰੂ ਲਿਟਰੇਚਰ ਜਾਂ ਥਰੂ ਜਿਸ ਤਰ੍ਹਾਂ ਤੁਸੀਂ ਵਿਸਮਾਦ ਦਾ ਜ਼ਿਕਰ ਕੀਤਾ, ਉਹ ਕੋਸ਼ਿਸ਼ ਕਰ ਰਹੇ ਨੇ, ਪਰ ਕੀ ਸਮਝਦੇ ਹੋ ਕਿ ਇਹਦਾ ਜ਼ਿਆਦਾ ਇੰਪੈਕਟ ਪੈ ਸਕਦਾ ਬੱਚਿਆਂ ਦੇ ਉੱਤੇ? ਬਿਲਕੁਲ, ਗੱਲ ਜਿੰਨਾ ਹੋ ਰਿਹਾ ਮੈਂ ਤਾਂ ਕੰਟੈਂਟ ਅਸੀਂ ਕ੍ਰੀਏਟ ਕਰੀਏ, ਰਾਈਟ? ਅਸੀਂ ਪੰਜਾਬ ਵਿੱਚ ਫੋਰ ਐਗਜ਼ਾਮਪਲ ਸਮਾਰਟ ਕਲਾਸਰੂਮਸ ਦੇ ਪ੍ਰੋਜੈਕਟ ਸ਼ੁਰੂ ਕੀਤੇ ਨੇ ਤਾਂ ਕਿ ਮਲਟੀਮੀਡੀਆ ਕੰਟੈਂਟ ਰਾਹੀਂ ਬੱਚਿਆਂ ਨੂੰ ਸਿਖਾਇਆ ਜਾਵੇ। ਜੀ, ਆਈ ਥਿੰਕ ਦੋਸ ਉਵੇਂ ਦੇ ਜਿੰਨੇ ਐਫਰਟਸ ਨੇ ਦੇ ਨੀਡ ਟੂ ਬੀ ਸਪੋਰਟਡ ਔਨ ਵੰਡਰਫੁਲ ਬੇਸਿਸ। ਭਾਈ ਸਰ, ਇਟ ਵਾਸ ਅ ਪਲੇਜ਼ਰ ਟਾਕਿੰਗ ਟੂ ਯੂ, ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਧੰਨਵਾਦ ਹੀ ਹੈ ਤੁਹਾਡਾ ਕਿ ਸਮਾਂ ਕਰਕੇ ਤੁਸੀਂ ਹਰ ਰੋਜ਼ ਸਾਡੇ ਨਾਲ ਸਾਂਝ ਪਾਇਆ ਕਰਦੇ ਹੋ ਅਤੇ ਆਪਣੇ ਵਿਊਜ਼ ਦਿੰਦੇ ਹੋ। ਇਹ ਸਾਰੇ ਐਪੀਸੋਡਸ ਦੁਬਾਰਾ ਜਾ ਕੇ youtube.com/harpreetsingshow 'ਤੇ ਜਾ ਕੇ ਵੀ ਦੇਖ ਸਕਦੇ ਹੋ। ਇੱਥੇ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।